ਸਤਿ ਸ਼੍ਰੀ ਅਕਾਲ ਜੀ। ਉਮੀਦ ਹੈ ਸਾਰੇ ਵੀਰ ਠੀਕ ਠਾਕ ਹੋਣਗੇ। ਸੋ ਬਈ ਅੱਜ ਤਰੀਕ ਹੋ ਗਈ ਆ 2 ਜਨਵਰੀ 2021, ਨਵਾਂ ਸਾਲ ਚੜ੍ਹ ਗਿਆ ਵਾ, ਨਵਾਂ ਸਾਲ ਬਈ ਆ ਗਿਆ। ਸਭ ਤੋਂ ਪਹਿਲਾਂ ਤਾਂ ਬਈ ਆ ਜਿਹੜਾ ਨਵਾਂ ਸਾਲ ਆ ਉਹ ਤੁਹਾਡੇ ਲਈ, ਤੁਹਾਡੇ ਪਰਿਵਾਰ ਲਈ ਬਈ ਖੁਸ਼ੀਆਂ ਭਰਿਆ ਆਵੇ, ਤੁਹਾਨੂੰ ਬਈ ਸਿਹਤ ਤੰਦਰੁਸਤੀ ਜਿਹੜਾ ਪਰਮਾਤਮਾ ਬਖਸ਼ੇ। ਅਤੇ ਬਹੁਤ ਸਾਰੇ ਵੀਰ ਜਿਹੜੇ 2020 ਦੇ ਵਿੱਚ ਆਪਣੇ ਨਾਲ ਵਿਛੜ ਗਏ ਆ, ਕਿਉਂਕਿ ਤੁਹਾਨੂੰ ਪਤਾ ਬਈ ਕਿਸਾਨੀ ਸੰਘਰਸ਼ ਚੱਲਣ ਡਿਆ, ਬਈ 2 ਮਹੀਨੇ ਹੋ ਚੱਲੇ ਆ ਕਿਸਾਨ ਵੀਰਾਂ ਨੂੰ ਦਿੱਲੀ ਦੀਆਂ ਸੜਕਾਂ 'ਤੇ ਬੈਠਿਆਂ ਨੂੰ ਇੰਨੀ ਠੰਡ ਦੇ ਵਿੱਚ। ਬਟ ਜਿਹੜਾ ਸਰਕਾਰ ਆ ਉਹਨਾਂ ਦੀ ਜਿਹੜੀ ਗੱਲ ਆ ਉਹ ਨਹੀਂ ਸੁਣਦੇ, ਅਤੇ ਉਮੀਦ ਕਰਦੇ ਹਾਂ ਬਈ ਆ ਨਵੇਂ ਸਾਲ ਦੇ ਵਿੱਚ ਕੋਈ ਜਲਦੀ ਹੱਲ ਨਿਕਲੇ ਅਤੇ ਕਿਸਾਨ ਵੀਰ ਜਿਹੜੇ ਆਪਦੇ ਘਰਾਂ ਨੂੰ ਜਾਣ, ਕਿਉਂਕਿ ਬਈ ਬਹੁਤ ਜਿਹੜੀਆਂ ਉੱਥੇ ਡੈਥ ਹੋ ਗਈਆਂ ਵਾ, ਵੀ ਗੱਲ ਕਿਸੇ ਪਾਸੇ ਨਹੀਂ ਲਾਉਣ ਦੀ ਸਰਕਾਰ ਹਜੇ, ਅਤੇ ਉਹਦੇ ਕਰਕੇ ਵੀ ਆਪਾਂ ਜਿਹੜਾ ਵਾ ਨਵਾਂ ਸਾਲ ਐਤਕਾਂ ਨਹੀਂ ਸੈਲੀਬ੍ਰੇਟ ਕੀਤਾ, ਨਹੀਂ ਬਈ ਆਪਾਂ ਕੋਈ ਵੀਡੀਓ ਬਣਾਈ, ਨਹੀਂ ਆਪਾਂ ਪੋਸਟ ਕੀਤੀ, ਨਾ ਵਧਾਈਆਂ ਦਿੱਤੀਆਂ ਅਤੇ ਨਾ ਬਈ ਆਪਾਂ ਜਿਹੜੀਆਂ ਵਾਲੀਆਂ। ਸਾਰੇ ਮੈਂ ਵੀਰਾਂ ਨੂੰ ਪਹਿਲਾਂ ਵੀ ਕਿਹਾ ਸੀ ਬਈ ਐਤਕਾਂ ਜਿਹੜਾ ਨਵਾਂ ਸਾਲ ਆ ਉਹ ਬਈ ਕਿਸਾਨੀ ਸੰਘਰਸ਼ ਦੇ ਨਾਂ 'ਤੇ ਮਨਾਓ। ਅਤੇ ਬਈ ਬਹੁਤ ਸਾਰੇ ਵੀਰਾਂ ਨੇ ਜਿਹੜਾ ਹੁਣ 2021 ਦੇ ਵਿੱਚ ਪਲੈਨ ਕਰਨਾ ਬਈ ਬਾਹਰ ਆਉਣ ਦਾ, ਹੈ ਨਾ, ਬਾਹਰ ਆਉਣ ਦਾ, ਕਿਸੇ ਗਲਫ ਕੰਟਰੀ ਦੇ ਵਿੱਚ ਜਾਣ ਦਾ। ਸੋ ਬਈ ਸਭ ਤੋਂ ਪਹਿਲਾਂ ਤਾਂ ਬਈ ਉਹਨਾਂ ਵੀਰਾਂ ਨਾਲ ਵੀ ਆਪਣੀ ਬਈ ਸਹਿਮਤੀ ਹੈ, ਕਿਉਂਕਿ ਬਹੁਤ ਸਾਰੇ ਵੀਰਾਂ ਦੇ ਬਈ ਵੀਜ਼ੇ ਲੱਗੇ ਲਗਾਏ ਰਹਿ ਗਏ ਆ 2020 ਦੇ ਵਿੱਚ। ਬਹੁਤ ਹੀ ਮਾੜਾ ਸਾਲ ਜਿਹੜਾ ਆਪਾਂ ਕਹਿ ਸਕਦੇ ਹਾਂ ਵੀ 2020 ਜਿਹੜਾ ਲੰਘਿਆ ਵਾ। ਕਈਆਂ ਵੀਰਾਂ ਦੀ ਬਈ ਟਿਕਟਾਂ ਤੱਕ ਹੋ ਗਈਆਂ, ਬਟ ਲੋਕਡਾਊਨ ਲੱਗਣ ਦੇ ਕਰਕੇ ਬਈ ਸਾਰਾ ਕੁਝ ਉਹਨਾਂ ਦਾ ਜਿਹੜਾ ਉੱਥੇ ਹੀ ਉਹ ਰਹਿ ਗਿਆ ਨਵੇਂ ਸਿਰ ਤੋਂ। ਬਈ ਉਹਨਾਂ ਨੂੰ ਵੀਜ਼ੇ ਹੁਣ ਲੈਣੇ ਪੈਣਗੇ, ਲੱਖਾਂ ਰੁਪਈਆ ਬਈ ਬਹੁਤ ਵੀਰਾਂ ਦਾ ਜਿਹੜਾ ਵਾ ਉਹ ਖਰਾਬ ਹੋ ਗਿਆ, ਵੀ ਵੀਜ਼ੇ ਲੱਗੇ ਲਗਾਏ, ਸਾਰਾ ਕੁਝ ਹੋਇਆ, ਸਟੰਪਿੰਗ ਹੋਇਆ, ਕੁਵੈਤ ਦੇ ਵੀਜ਼ੇ ਬਈਆਂ ਦੇ ਰਹਿ ਗਏ ਆ, ਅਤੇ ਪੈਸੇ ਉਹਨਾਂ ਨੂੰ ਏਜੰਟਾਂ ਨੂੰ ਜਿਹੜੇ ਦਿੱਤੇ ਸੀ ਉਹ ਸਾਰੇ ਬਈ ਇੱਦਾਂ ਹੀ ਚਲੇ ਗਏ ਆ। ਸੋ ਹੁਣ 2020 ਦੇ ਵਿੱਚ ਵੀ ਬਹੁਤ ਸਾਰੇ ਵੀਰ ਜਿਹੜੇ ਆ ਉਹ ਬਾਹਰ ਆਉਣਗੇ, ਬਾਹਰ ਆਉਣ ਦਾ ਸੋਚਣ ਡੇ ਆ। ਉਹਨਾਂ ਵੀਰਾਂ ਨੂੰ ਬਈ ਮੇਰੀ ਬੇਨਤੀ ਆ ਕਿ ਬਈ ਪਹਿਲਾਂ ਤਾਂ ਚੰਗੀ ਤਰ੍ਹਾਂ, ਹੈ ਨਾ, ਠੰਡ ਠੰਡੋਲਾ ਹੋ ਲੈਂਦੇ ਹੋ, ਕਿਉਂਕਿ ਕੁਵੈਤ ਦੇ ਵਿੱਚ ਫਿਰ ਬਈ ਆ ਕੱਲ੍ਹ ਦੀ ਨਿਊਜ਼ ਆ ਗਈ ਹੈ ਜਿਹੜਾ ਕਿ 60 ਸਾਲ ਤੋਂ ਉੱਪਰ ਵਾਲੇ ਵੀਜ਼ੇ ਬਈ ਕੁਵੈਤ ਨੇ ਬੰਦ ਕਰਤੇ ਆ। 60 ਸਾਲ ਤੋਂ ਉੱਪਰ ਜਿੰਨੇ ਵੀ ਵਰਕਰ ਇੱਥੇ ਕੁਵੈਤ ਦੇ ਵਿੱਚ ਬੰਦ ਉਹ ਕੰਮ ਕਰਦੇ ਸੀ, ਬਈ ਉਹਨਾਂ ਨੂੰ ਜਿਹੜਾ ਵਾਪਸ ਜਾਣਾ ਪਊ, ਉਹਨਾਂ ਦੇ ਵੀਜ਼ੇ ਰੀਨਿਊ ਨਹੀਂ ਹੋਣੇ, ਕਿਉਂਕਿ ਬਈ ਇੱਥੇ ਸਖਤਾਈ ਬਹੁਤ ਹੋ ਗਈ ਆ ਸਾਰੀਆਂ ਬਈ ਈਵਨ ਗਲਫ ਕੰਟਰੀਆਂ ਦੇ ਵਿੱਚ ਉਹ ਕਰੀ ਜਾਂਦੇ ਆ। ਕੁਵੈਤ ਬਈ ਪਹਿਲਾਂ ਬਣ ਗਿਆ ਵਾ ਜਿੰਨੇ ਬਈ 60 ਸਾਲ ਤੋਂ ਉੱਪਰ ਵਾਲੇ ਵੀਜ਼ੇ ਜਿਹੜੇ ਆ ਉਹ ਰੀਨਿਊ ਨਹੀਂ ਕਰਨੇ, ਅਤੇ ਜਿੰਨੇ ਵੀ ਇੱਥੇ ਬਈ ਜਿਹੜੇ 60 ਸਾਲ ਤੋਂ ਉੱਪਰ ਵਾਲੇ ਵਰਕਰ ਆ ਕੰਮ ਕਰਦੇ ਉਹਨਾਂ ਨੂੰ ਵਾਪਸ ਜਾਣਾ ਪੈਣਾ ਹੁਣ। ਅਤੇ ਇਸ ਕਰਕੇ ਬਈ ਹਜੇ ਜਲਦੀ ਕੋਈ ਸਟੈਪ ਜਿਹੜਾ ਤੁਸੀਂ ਨਾ ਚੱਕਿਓ। ਜਿਹੜੇ ਵੀ ਦੇਸ਼ 'ਚ ਜਾਣਾ ਬਈ ਪਹਿਲਾਂ ਉਹਦੀ ਚੰਗੀ ਤਰ੍ਹਾਂ ਇਨਫੋਰਮੇਸ਼ਨ ਲੈ ਲਓ, ਬਈ ਉੱਥੋਂ ਦੇ ਕਾਨੂੰਨ ਕੀ ਆ, ਉੱਥੋਂ ਦੇ ਵੀਜ਼ੇ ਦੇ ਬਈ ਕੀ ਕਾਨੂੰਨ ਆ, ਵੀਜ਼ੇ ਨਿਕਲਣ ਡੇ ਆ, ਜੈਨੂਅਨ ਆ, ਨਹੀਂ ਜੈਨੂਅਨ ਆ, ਕਿਉਂਕਿ ਬਹੁਤ ਸਾਰੇ ਵੀਰ ਬਈ ਸਿੱਧਾ ਏਜੰਟਾਂ ਕੋਲ ਜਿਹੜਾ ਵਾ ਜਾ ਕੇ ਫਸ ਜਾਂਦੇ ਆ, ਉਹਨਾਂ ਨੂੰ ਨੌਲੇਜ ਨਹੀਂ ਹੁੰਦੀ ਉਸ ਕੰਟਰੀ ਦੀ, ਉਸ ਵੀਜ਼ੇ ਦੀ, ਅਤੇ ਬਈ ਉੱਥੇ ਆਪਣੇ ਜਿਹੜੇ ਆ ਬਾਅਦ 'ਚ ਪੈਸੇ ਜਿਹੜੇ ਆ ਉਹ ਫਸਾ ਵੱਜਦੇ ਆ, ਕਿਉਂਕਿ ਕੁਵੈਤ ਦੇ ਵਿੱਚ ਵੀ ਜਿਹੜੇ ਆ ਕਾਨੂੰਨ ਬਹੁਤ ਬਦਲੀ ਜਾਂਦੇ ਆ, ਬਈ ਬਹੁਤ ਇੱਥੇ ਤਰ੍ਹਾਂ ਦੇ ਡਿਫਰੈਂਟ ਤਰ੍ਹਾਂ ਦੇ ਵੀਜ਼ੇ ਆ, ਅਤੇ ਸਾਰੀਆਂ ਜਿਹੜਾ ਵਾ ਆਪਾਂ ਨੂੰ ਨਹੀਂ ਪਤਾ ਹੁੰਦਾ। ਜਿਹੜੇ ਵੀ ਦੇਸ਼ ਤੁਸੀਂ ਜਾਣਾ ਬਈ ਤੁਹਾਡੇ ਲਾਗੋ ਜਾਗੋ ਤੁਹਾਡੇ ਰਿਸ਼ਤੇਦਾਰੀ 'ਚੋਂ ਕਦੇ ਪਿੰਡ ਦੇ ਵਿੱਚੋਂ ਬਹੁਤ ਸਾਰੇ ਜਿਹੜੇ ਵੀਰ ਉੱਥੇ ਪਹਿਲਾਂ ਆਲਰੇਡੀ ਗਏ ਹੁੰਦੇ ਆ, ਉਹਨਾਂ ਨਾਲ ਬਈ ਕੰਟੈਕਟ ਕਰੋ, ਉਹਨਾਂ ਨਾਲ ਬਈ ਪੁੱਛ ਲਓ ਵੀ ਕਿੱਦਾਂ ਵੀਜ਼ੇ ਦਾ ਇੱਥੇ ਕੀ ਪ੍ਰੋਸੈਸ ਆ, ਕੰਮ ਦੇ ਹਾਲਾਤ ਕੀ ਆ, ਕਿਉਂਕਿ ਕੰਮ ਮਿਲ ਵੀ ਜਾਂਦਾ ਵਾ ਕਿ ਨਹੀਂ, ਕਿਉਂਕਿ ਬਈ ਇੱਥੇ ਹੁਣ ਕੰਮ ਦੇ ਹਾਲਾਤ ਬਈ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਬਹੁਤ ਜਿਹੜਾ ਵਾ ਮੰਦੀ ਪਈ ਆ, ਕੰਮ ਨਹੀਂ ਮਿਲ ਰਹੇ, ਬਹੁਤ ਸਾਰੇ ਵੀਰ ਜਿਹੜੇ ਇੱਥੇ ਆ ਉੱਦਾਂ ਹੀ ਵਿਹਲੇ ਬੈਠੇ ਹੋਏ ਆ, ਅਤੇ ਘਰੋਂ ਜਿਹੜਾ ਮੰਗਾ ਮੰਗਾ ਕੇ ਬਾਅਦ ਵਿੱਚ ਖਰਚਾ ਕਰਨ ਡੇ ਆ, ਅਤੇ ਜਿਹੜੀ ਔਖਾ ਵਾ, ਕਾਫੀ ਔਖਾ ਵਾ। ਇਸ ਕਰਕੇ ਮੈਂ ਚਾਹੁੰਦਾ ਬਈ ਜਿੰਨੇ ਵੀ ਵੀਰ ਨੇ ਬਾਹਰ ਆਉਣਾ ਪਹਿਲਾਂ ਅਤੇ ਬਾਹਰ ਆਉਣ ਦਾ ਸੋਚਣ ਡਿਆ ਵਾ, ਸਭ ਤੋਂ ਪਹਿਲਾਂ ਤਾਂ ਬਈ ਤੁਸੀਂ 2-4 ਦਿਨ 10 ਦਿਨ ਪਹਿਲਾਂ ਡਿਸਾਈਡ ਕਰੋ ਵੀ ਤੁਸੀਂ ਜਾਣਾ ਕਿਹੜੀ ਕੰਟਰੀ 'ਚ, ਅਤੇ ਫਿਰ ਬਈ ਇਹ ਵੀ ਡਿਸਾਈਡ ਕਰੋ ਵੀ ਤੁਸੀਂ ਕੰਮ ਉੱਥੇ ਜਾ ਕੇ ਕੀ ਕਰਨਾ, ਕਿਉਂਕਿ ਬਈ ਅੱਜ ਦੇ ਦੌਰ ਦੇ ਵਿੱਚ ਬਾਹਰ ਇਕੱਲੀ ਲੇਬਰ ਦੇ ਉੱਤੇ ਆਉਣ ਦਾ ਕੋਈ ਫਾਇਦਾ ਨਹੀਂ ਹੈਗਾ। ਲੇਬਰ ਦੇ ਉੱਤੇ ਬਈ ਤਨਖਾਹ ਬਹੁਤ ਘੱਟ ਆ, ਕੰਮ ਕਾਫੀ ਹਾਰਡ ਹੁੰਦਾ ਲੇਬਰ ਦਾ, ਇਸ ਨਾਲ ਚੰਗਾ ਬਈ ਤੁਸੀਂ ਕੋਈ ਸਕਿੱਲ ਸਿੱਖ ਕੇ ਆਓ, ਕਿਸੇ ਸਕਿੱਲ ਦੇ ਵਿੱਚ ਪਹਿਲਾਂ 2-4 ਮਹੀਨੇ 6 ਮਹੀਨੇ ਲਾਓ, ਉਹ ਕੰਮ ਸਿੱਖ ਕੇ ਫਿਰ ਆਓ। ਮੈਂ ਬਈ ਇੱਕ ਤੁਹਾਨੂੰ ਇੱਕ ਰੀਅਲ ਲਾਈਫ ਜਿਹੜੀ ਐਗਜ਼ਾਮਪਲ ਆ ਉਹ ਸ਼ੇਅਰ ਕਰਦਾ। ਸਾਡੇ ਨਾਲ ਜਿਹੜਾ ਇੱਕ ਬਜ਼ੁਰਗ ਆਪਣੇ ਨਾਲ ਕੰਮ ਕਰਦੇ ਆ, ਅਤੇ ਉਹ ਵੀ ਸਾਡੇ ਨਾਲ ਜਿੱਦਾਂ ਪਹਿਲਾਂ ਹੈਲਪ ਨਹੀਂ ਕਰਦੇ, ਅਤੇ ਹਜੇ ਤੱਕ ਜਿੱਦਾਂ ਵੀ ਉਹਨਾਂ ਨੂੰ ਕਹਿੰਦੇ ਵੀ ਮੈਨੂੰ 30 ਸਾਲ ਹੋ ਗਏ ਆ, 1997 ਦੇ ਵਿੱਚ ਉਹ ਬਾਹਰ ਨਿਕਲੇ ਸੀਗੇ ਅਤੇ ਕੰਮ ਕੋਈ ਨਹੀਂ ਸਿੱਖਿਆ, ਅਤੇ ਬਈ ਹਜੇ ਤੱਕ ਉਹ ਹੈਲਪ ਨਹੀਂ ਜਿੱਦਾਂ ਲੇਬਰ ਹੀ ਕਰੀ ਜਾਂਦੇ ਆ, ਕਿਉਂਕਿ ਬਾਅਦ ਵਿੱਚ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਬੰਦੇ ਦੀਆਂ, ਇੱਥੇ ਆਣ ਕੇ ਬਾਅਦ ਨਾ ਬੰਦਾ ਬਾਹਰ ਘਰ ਜਾਣ ਜੋਗਾ ਹੁੰਦਾ, ਕਿਉਂਕਿ ਇੰਨੇ ਪੈਸੇ ਲਾ ਕੇ ਆਇਆ ਹੁੰਦਾ। ਅਤੇ ਉਹ ਜਿਹੜਾ ਵਾ ਆਪਣੇ ਬਜ਼ੁਰਗ ਦੱਸਦੇ ਕਿ ਵੀ 1997 ਦੇ ਵਿੱਚ ਮੈਂ ਬਾਹਰ ਆਇਆ ਸੀਗਾ, 2 ਸਾਲ ਬਾਅਦ ਮੈਂ ਘਰ ਗਿਆ ਅਤੇ ਘਰਦਿਆਂ ਵਿਆਹ ਕਰਤਾ। ਉਹ ਤੋਂ ਬਾਅਦ ਫਿਰ ਜਿਹੜੀਆਂ ਵਾ ਜ਼ਿੰਮੇਵਾਰੀਆਂ ਵੱਧਦੀਆਂ ਗਈਆਂ, ਨਿਆਣੇ ਹੋ ਗਏ, ਹੈ ਨਾ, ਬੱਚੇ ਹੋ ਗਏ, ਵਾਧਾ ਉਹਨਾਂ ਨੂੰ ਪੜ੍ਹਾਉਣਾ ਲਿਖਾਉਣਾ, ਵਿਆਹ ਕੀਤੇ, ਸਾਰਾ ਵੀ ਬਾਅਦ ਵਿੱਚ ਕਹਿੰਦਾ ਕਿ ਟਾਈਮ ਹੀ ਨਹੀਂ ਮਿਲਿਆ ਵੀ ਆਪਾਂ ਇਹ ਚੀਜ਼ ਛੱਡ ਕੇ ਕੋਈ ਕੰਮ ਸਿੱਖ ਲਈਏ ਜਾਂ ਕੋਈ ਹੋਰ ਕੰਮ ਦੇ ਵਿੱਚ ਸੌਖੇ ਧੰਦੇ ਦੇ ਵਿੱਚ ਪੈ ਜਾਈਏ, ਕਿਉਂਕਿ ਬਈ ਬਾਅਦ ਵਿੱਚ ਸਿਰ 'ਤੇ ਜ਼ਿੰਮੇਵਾਰੀਆਂ ਬਹੁਤ ਪੈ ਜਾਂਦੀਆਂ ਵਾ, ਕਰਜ਼ੇ ਸਿਰ 'ਤੇ ਚੜ ਜਾਂਦੇ ਬਹੁਤ ਸਾਰੇ, ਹੈ ਨਾ, ਖਰਚੇ ਹੁੰਦੇ ਬੰਦੇ ਦੇ, ਅਤੇ ਬੰਦਾ ਚਾਹੁੰਦੇ ਹੋਏ ਵੀ ਨਹੀਂ ਇਸ ਚੀਜ਼ ਨੂੰ ਵੀ ਛੱਡ ਸਕਦਾ, ਇੱਕ ਉਹ ਰੈਟ ਰੇਸ ਜਾਂ ਕਹਿ ਦਈਏ ਇੱਕ ਜਾਲ ਦੇ ਵਿੱਚ ਜਿਹੜਾ ਫਸ ਜਾਂਦਾ, ਫਿਰ ਬੰਦਾ
ਡਿਸਾਈਡ ਕਰੋ ਵੀ ਕਰਨਾ ਕੀ ਆ, ਵੀ ਤੁਸੀਂ ਜੇ ਡਰਾਈਵਰੀ ਕਰਨੀ ਆ ਤਾਂ ਬਈ ਪਹਿਲਾਂ ਡਰਾਈਵਰੀ ਸਿੱਖੋ, ਇੰਡੀਆ ਦੇ ਵਿੱਚ ਡਰਾਈਵਰੀ ਸਿੱਖੋ, ਹੈ ਨਾ, ਕਿ ਚੰਗੀ ਤਰ੍ਹਾਂ ਡਰਾਈਵਰੀ ਸਿੱਖ ਕੇ ਲਾਇਸੈਂਸ ਬਣਾਓ, ਫਿਰ ਬਈ ਕਿਸੇ ਕੰਪਨੀ ਦੇ ਵਿੱਚ ਅਪਲਾਈ ਕਰੋ, ਫਿਰ ਹੈ ਨਾ ਬਾਹਰ ਆਓ। ਵੀ ਪਹਿਲਾਂ ਇੱਕ ਗੋਲ ਸੈੱਟ ਕਰ ਲਓ ਵੀ ਹਾਂ ਉੱਥੇ ਜਾ ਕੇ ਕਰਨਾ, ਸਿੱਧਾ ਇਹ ਨਹੀਂ ਵੀ ਹਾਂ ਬਾਹਰ ਜਾਣਾ ਬਾਹਰ ਜਾਣਾ ਵਾ, ਕਿਉਂਕਿ ਬਾਹਰ ਵੀ ਬਈ ਇੱਥੇ ਆਣ ਕੇ ਕੰਮ ਹੀ ਕਰਨਾ ਵਾ। ਅਤੇ ਇਸ ਕਰਕੇ ਬਈ ਪਹਿਲਾਂ ਘਰੋਂ ਆਪਾਂ ਕੰਮ ਸਿੱਖ ਕੇ ਆਈਏ, ਇਕੱਲੇ ਡਰਾਈਵਰੀ ਨਹੀਂ, ਕੋਈ ਹੋਰ ਤੁਸੀਂ ਸਕਿੱਲ ਸਿੱਖ ਸਕਦੇ ਜੇ। ਬਹੁਤ ਸਾਰੇ ਬਈ ਇੱਥੇ ਜਿਹੜੇ ਕੰਮ ਆ ਜਿਹੜਾ ਵੀ ਵਧੀਆ ਸੈਲਰੀ ਇੱਥੇ ਮਿਲਦੇ, ਤੁਸੀਂ ਇਲੈਕਟ੍ਰੀਸ਼ੀਅਨ ਦਾ ਕੰਮ ਸਿੱਖ ਲਓ, ਪਲੰਬਰ ਦਾ ਕੰਮ ਸਿੱਖ ਲਓ, ਜਿਹੜੇ 12 ਮਹੀਨੇ ਚੱਲਦੇ ਰਹਿੰਦੇ ਆ, ਤੁਸੀਂ ਯਾਦ ਵੀ ਇਹ 'ਤੇ ਵੀ ਆਉਣਾ ਵਾ, ਅਤੇ ਬਈ ਤੁਹਾਨੂੰ ਇੱਕ ਯਾਨੀ ਕਿ 2 ਤੋਂ 3 ਕੰਮ 'ਤੇ ਆਉਣੇ ਹੀ ਚਾਹੀਦੇ ਆ। ਕਿ ਇਹ ਜੇ ਮੰਨ ਲਓ ਤੁਸੀਂ ਏਸੀਆਂ ਦਾ ਕੰਮ ਸਿੱਖ ਕੇ ਆਉਂਦੇ, 6 ਮਹੀਨੇ ਚੱਲੂ, 6 ਮਹੀਨੇ ਤੁਹਾਨੂੰ ਫਿਰ ਵਿਹਲੇ ਬਹਿਣਾ ਪੈਣਾ। ਹੋਰ ਕੋਈ ਵੀ ਇਹੋ ਜਿਹੇ ਕੰਮ ਸਿੱਖ ਕੇ ਆਓ, ਕੋਈ ਮਤਲਬ ਵੀ ਸਿੱਖ ਕੇ ਆਓ, ਜਿਹੜਾ 12 ਮਹੀਨੇ ਬਾਅਦ ਵਿੱਚ ਚੱਲਦੇ ਰਹੇ, ਤੁਹਾਨੂੰ ਜਿਹੜਾ ਵਾ ਉਹ ਕੰਮ ਮਿਲਦਾ ਹੀ ਰਹੇ। ਅਤੇ ਇਸ ਕਰਕੇ ਪਹਿਲਾਂ ਬਈ ਇਕੱਲੇ ਬਹਿ ਕੇ ਇਹ ਜ਼ਰੂਰ ਸੋਚੋ ਵੀ ਕੰਮ ਹੈ ਅਗਾਂਹ ਕਰਨਾ ਕੀ ਹੈ, ਡਰਾਈਵਰੀ ਕਰਨੀ ਹੈ, ਡਰਾਈਵਰੀ ਸਿੱਖੋ, ਲਾਇਸੈਂਸ ਬਣਾਓ ਬਈ, ਇੰਡੀਆ ਗੱਡੀ ਚਲਾਓ, ਬਾਅਦ ਵਿੱਚ ਵਧੀਆ ਕੋਈ ਅਪਰਚੁਨਿਟੀ ਮਿਲਦੀ ਤੁਹਾਨੂੰ, ਕੋਈ ਵਧੀਆ ਕੰਪਨੀ ਮਿਲਦੀ ਆ, ਇੰਟਰਵਿਊ ਉੱਥੇ ਦਿਓ ਬਈ, ਇੰਟਰਵਿਊ ਕਰੈਕ ਕਰੋ, ਅਤੇ ਬਈ ਤੁਸੀਂ ਜਿਹੜਾ ਵਾ ਬਾਹਰ ਆ ਸਕਦੇ ਜੇ। ਇਸ ਕਰਕੇ ਬਈ ਕਾਹਲੀ ਨਾ ਕਰੋ, ਇਹ ਨਹੀਂ ਆ ਵੀ ਬਈ ਅੱਜ ਵੀਜ਼ੇ ਖੁੱਲ੍ਹੇ ਆ ਅਤੇ ਅੱਜ ਹੀ ਤੁਸੀਂ ਅਪਲਾਈ ਕਰ ਦਿਓ, ਤੁਹਾਨੂੰ ਕੋਈ 4 ਲੱਖ ਦੀ ਵੀਜ਼ਾ ਦਿੰਦੇ, 5 ਲੱਖ ਜੇ ਦੇਣ ਡਿਆ ਨਾ, ਘਰਦਿਆਂ ਨੂੰ ਤੰਗ ਕਰਕੇ ਵੀ ਮੈਂ ਬਾਹਰ ਜਾਣਾ ਹੀ ਜਾਣਾ ਵਾ, ਵੀ ਇਹੋ ਜਿਹੇ ਚੱਕਰਾਂ 'ਚ ਨਾ ਪਾਓ, ਕਿਉਂਕਿ ਬਾਹਰ ਵੀ ਆਣ ਕੇ ਇੱਥੇ ਬਈ ਲਾਈਫ ਬਹੁਤ ਬਦਲ ਜਾਂਦੀ ਆ, ਕੰਮ ਬਹੁਤ ਹਾਰਡ ਆ ਇੱਥੇ। ਅਤੇ ਥੋੜ੍ਹਾ ਜਿਹਾ ਜਿਹੜਾ ਵਾ ਸੋਚ ਸਮਝ ਕੇ 2021 ਦੇ ਵਿੱਚ ਕੋਈ ਵੀ ਤੁਸੀਂ ਜਿਹੜਾ ਸਟੈਪ ਚੁੱਕਣਾ ਵਾ ਚੁੱਕੋ। ਪਹਿਲਾਂ ਬਈ ਮੈਂ ਤਾਂ ਪ੍ਰੈਫਰ ਇਸ ਚੀਜ਼ ਨੂੰ ਕਰੂੰਗਾ ਬਈ ਪਹਿਲਾਂ ਕਿਸੇ ਨਾ ਕਿਸੇ ਸਕਿੱਲ ਦੇ ਵਿੱਚ ਤੁਸੀਂ ਨਿਪੁੰਨ ਹੋਵੋ, ਵੀ ਕੋਈ ਵੀ ਕੰਮ ਸਿੱਖੋ, ਇਹ ਨਹੀਂ ਕੰਮ ਬਈ ਇੱਥੇ ਕੋਈ ਵੀ ਛੋਟਾ ਵੱਡਾ ਨਹੀਂ ਹੈ, ਬਹੁਤ ਵਧੀਆ ਇੱਥੇ ਸੈਲਰੀ ਆ, ਹਰ ਇੱਕ ਕੰਮ ਇੱਥੇ ਬਈ ਤੁਹਾਨੂੰ ਜਿਹੜਾ ਵਾ ਮਿਲ ਜਾਂਦਾ, ਕੰਮ ਤੁਹਾਨੂੰ ਆਉਣਾ ਚਾਹੀਦਾ। ਕਦੇ ਵੀ ਬਈ ਬਾਹਰ ਆਉਣਾ ਵਾ, ਖਾਸ ਕਰਕੇ ਆਜ਼ਾਦ ਵੀ ਜੇ 'ਤੇ, ਅਤੇ ਬਈ ਹੈਲਪਰੀ 'ਚ ਕਦੇ ਨਾ ਆਓ, ਕਿਉਂਕਿ ਬਈ ਹੈਲਪਰ ਵਾਲਾ ਹੈਲਪਰੀ ਦਾ ਇੱਥੇ ਬਈ ਹਾਲਾਤ ਬਹੁਤ ਮਾੜੇ ਆ। ਮੰਨ ਲਓ ਵੀ ਸੈਲਰੀ ਬਈ 80 ਤੋਂ 100 ਕਿਹੜੀ, ਕਿਸੇ ਨੂੰ 120 ਕਿਹੜੀ, ਤਾਂ ਕਿ ਜਿਹੜੀਆਂ ਕੰਪਨੀਆਂ ਵਾ ਹੈਲਪਰ ਦੀਆਂ ਲਾਉਂਦੀਆਂ, ਜਿਹੜਾ ਕਿ ਇੰਡੀਆ ਦਾ ਆਲਮੋਸਟ ਜਿਹੜਾ 25-26 ਹਜ਼ਾਰ ਬਣਦਾ, ਅਤੇ ਬਈ ਤੁਸੀਂ ਲੱਖਾਂ ਰੁਪਈਆ ਲਾ ਕੇ ਜਦੋਂ ਇੱਥੇ ਆਉਂਦੇ ਜੀ, ਅਤੇ ਬਈ ਉਹਨਾਂ ਕਿਤੇ ਬਈ ਆਜ਼ਾਦ ਵੀਜ਼ੇ 'ਤੇ ਖਰਚਾ ਆ ਜਾਂਦਾ ਜਿੰਨੀ ਕਿ ਉਹ ਹੈਲਪਰ ਨੂੰ ਸੈਲਰੀ ਦਿੰਦੇ ਆ। ਇਸ ਕਰਕੇ ਬਈ ਕਿਸੇ ਕੰਮ ਪਹਿਲਾਂ ਸਿੱਖੋ, ਕਿਸੇ ਕੰਮ ਦੇ ਵਿੱਚ ਬਈ ਆਓ, ਅਤੇ ਚੰਗੀ ਤਰ੍ਹਾਂ ਪਹਿਲਾਂ ਬਈ ਸਲਾਹ ਮਸ਼ਵਰਾ ਕਰਕੇ, ਹੈ ਨਾ। ਇਹ ਨਹੀਂ ਆ ਇਕੱਲੇ ਇੱਕ ਏਜੰਟ ਕੋਲ ਹੀ ਜਾ ਕੇ ਬਈ ਤੁਸੀਂ ਉਹਨੂੰ ਪਾਸਪੋਰਟ ਦਿਓ ਅਤੇ ਵੀਜ਼ਾ ਲਵਾ ਲਓ, ਦੋਵਾਂ ਚੋਵਾਂ ਏਜੰਟਾਂ ਕੋਲ ਜਾਓ ਬਈ, ਤੁਹਾਨੂੰ ਪਤਾ ਲੱਗੂਗਾ ਕਿਹੜੇ ਕਿਹੜੇ ਕੰਮ ਦੀ ਡਿਮਾਂਡ ਉੱਥੇ ਜ਼ਿਆਦਾ ਆ, ਕਿਹਦੀ ਘੱਟ ਆ, ਹੈ ਨਾ, ਕਿਹੜਾ ਪੈਸੇ ਵੱਧ ਜ਼ਿਆਦਾ ਲੈਣ, ਜ਼ਿਆਦਾ ਲੈਣ ਡਿਆ, ਕਿਹੜਾ ਘੱਟ ਲੈਣ ਡਿਆ। ਇਸ ਕਰਕੇ ਬਈ ਤੁਸੀਂ ਅੱਜ ਕੱਲ੍ਹ ਤਾਂ ਬਈ ਨੈੱਟ 'ਤੇ ਸਾਰਾ ਕੁਝ ਪਿਆ ਵਾ, ਉੱਥੋਂ ਸਰਚ ਕਰੋ, ਹੈ ਨਾ, ਕਿਹੜੇ ਦੇਸ਼ ਦਾ ਕਿਹੋ ਜਿਹਾ ਹਾਲਾਤ ਆ, ਕਿੱਦਾਂ ਦੇ ਕੰਮ ਉੱਥੇ ਜ਼ਿਆਦਾ ਆ, ਕਿਹੜੇ ਘੱਟ ਆ, ਉਸ ਹਿਸਾਬ ਨਾਲ ਜਿਹੜੀ ਆਪਣੀ ਆ ਉਹ 2021 ਦੀ ਜਿਹੜੀ ਆ ਪਲੈਨਿੰਗ ਕਰੋ। ਸੋ ਫਿਰ ਇਹ ਕਰਾਂ ਬਈ ਤੁਹਾਨੂੰ ਅਤੇ ਬਈ ਤੁਹਾਡੇ ਪਰਿਵਾਰ ਨੂੰ ਜਿਹੜਾ ਵਾ ਪਰਮਾਤਮਾ 2021 ਦੇ ਵਿੱਚ ਚੜ੍ਹਦੀ ਕਲਾ 'ਚ ਰੱਖੇ, ਅਤੇ ਉਮੀਦ ਕਰਦੇ ਹਾਂ ਬਈ ਇਹ ਸਾਲ 2020 ਤੋਂ ਬਈ ਵਧੀਆ ਹੋਵੇ। ਸੋ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ।